ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਰਲ ਨੌਲੇਜ ਵਿਲਾ ਉੱਪਰ ਬਹੁਤ ਸਵਾਗਤ ਹੈ। ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪੀਐਸਟੀਸੀਐਲ ਯਾਨੀ ਪੰਜਾਬ ਸਟੇਟ ట్రాన్స్‌మిਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਜੋ ਅਸਿਸਟੈਂਟ ਲਾਈਨਮੈਨ ਦੀਆਂ ਭਰਤੀਆਂ ਆਈਆਂ ਹਨ ਉਹਨਾਂ ਬਾਰੇ ਦੱਸਣ ਜਾ ਰਿਹਾ ਹਾਂ। ਤਾਂ ਦੋਸਤੋ ਮੈਂ ਤੁਹਾਨੂੰ ਇਸ ਭਰਤੀ ਦੇ ਬਾਰੇ ਜੋ ਵਿਸਤਾਰ ਵਿੱਚ ਦੱਸਾਂ ਇਸ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਤੇ ਨਾਲ ਦੀ ਨਾਲ ਬੈਲ ਆਈਕਨ ਦਬੋ ਤਾਂ ਕਿ ਆਉਣ ਵਾਲੀ ਹਰ ਇੱਕ ਜੌਬ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਅਤੇ ਜਿਹੜਾ ਟਾਈਮ ਟੂ ਟਾਈਮ ਜਿਹੜੀ ਅਪਡੇਟ ਮਿਲਦੀ ਰਹੇ ਤਾਂ ਦੋਸਤੋ ਪੀਐਸਟੀਸੀਐਲ ਵੱਲੋਂ ਜੋ ਅਸਿਸਟੈਂਟ ਲਾਈਨਮੈਨ ਦੀਆਂ ਭਰਤੀਆਂ ਕੱਢੀਆਂ ਗਈਆਂ ਹਨ ਅਤੇ ਜੋ ਇਹਨਾਂ ਦੀ ਆਨਲਾਈਨ ਐਪਲੀਕੇਸ਼ਨ ਲਈ ਰਜਿਸਟ੍ਰੇਸ਼ਨ ਨੋ 12 2020 ਤੋਂ ਸਟਾਰਟ ਹੋ ਜਾਵੇਗੀ ਅਤੇ ਜੋ ਲਾਸਟ ਡੇਟ ਹੈ ਸਟੈਪ 1 ਅਤੇ ਸਟੈਪ 2 ਦੇ ਲਈ 31 12 2020 ਤੱਕ ਜਿਹੜਾ ਇਸ ਦੀ ਲਾਸਟ ਡੇਟ ਰੱਖੀ ਗਈ ਹੈ ਅਤੇ ਤੁਸੀਂ ਜਿਹੜੀ ਆਨਲਾਈਨ ਅਤੇ ਕੈਸ਼ ਰਾਹੀਂ ਜੋ ਫੀਸ ਹੈ 412021 ਤੱਕ ਜੋ ਆਪਣੀ ਫੀਸ ਪੇ ਕਰ ਸਕਦੇ ਹੋ ਨੈਕਸਟ ਗੱਲ ਕਰੀਏ ਤਾਂ ਨੰਬਰ ਆਫ ਪੋਸਟਸ ਦੀ ਤਾਂ 350 ਜਿਹੜੀਆਂ ਵੈਕੈਂਸੀਜ਼ ਇੱਥੇ ਕੱਢੀਆਂ ਗਈਆਂ ਹਨ ਤੇ ਨੈਕਸਟ ਇਹਨਾਂ ਨੇ ਬੇਸਿਕ ਕੁਆਲੀਫਿਕੇਸ਼ਨ ਦੱਸੀ ਹੈ ਕਿ ਤੁਹਾਡੇ ਕੋਲ ਪੰਜਾਬੀ ਪਾਸ ਹੋਣੀ ਚਾਹੀਦੀ ਹੈ میٹرਕੁਲੇਸ਼ਨ 11 ਯਾਨੀ ਕਿ 10th ਤੱਕ ਤੁਹਾਡੇ ਕੋਲ ਪੰਜਾਬੀ ਪਾਸ ਹੋਣੀ ਚਾਹੀਦੀ ਹੈ ਜਾਂ ਇਸ ਦੇ ਬਰਾਬਰ ਕੋਈ ਯੋਗਤਾ ਹੋਣੀ ਚਾਹੀਦੀ ਹੈ ਅਤੇ ਨਾਲ ਤੁਹਾਡੇ ਕੋਲ ਆਈਟੀਆਈ ਰੈਗੂਲਰ ਹੋਣੀ ਚਾਹੀਦੀ ਹੈ ਇਲੈਕਟ੍ਰੀਸ਼ੀਅਨ ਜਾਂ ਵਾਇਰਮੈਨ ਟ੍ਰੇਡ ਦੇ ਵਿੱਚ ਜਿਹੜੀ ਰੈਗੂਲਰ ਆਈਟੀਆਈ ਹੋਣੀ ਚਾਹੀਦੀ ਹੈ ਤੇ ਨੈਕਸਟ ਹੈ ਜੀ ਪੇ ਸਕੇਲ ਦੀ ਗੱਲ ਕਰੀਏ ਤੇ ਜਿਹੜੀ ਪੰਜਾਬ ਗਵਰਨਮੈਂਟ ਦੇ ਅਕੋਰਡਿੰਗ ਜੋ ਨਿਊ ਸੈਂਟਰ ਦੇ ਅਕੋਰਡਿੰਗ ਤੁਹਾਨੂੰ ਜਿਹੜੀ ਪੇ ਮਿਲਿਆ ਕਰੇਗੀ ਤੁਹਾਡਾ ਪੇ ਸਕੇਲ ਸੈਂਟਰ ਗਵਰਨਮੈਂਟ ਦੇ ਅਕੋਰਡਿੰਗ ਇਹਨਾਂ ਨੇ ਜੋ ਪੰਜਾਬ ਸਰਕਾਰ ਨੇ ਰੱਖ ਦਿੱਤਾ ਹੈ ਉਸ ਅਕੋਰਡਿੰਗ ਹੀ ਤੁਹਾਨੂੰ ਜਿਹੜੀ ਤਨਖਾਹ ਮਿਲਿਆ ਕਰੇਗੀ ਨੈਕਸਟ ਗੱਲ ਕਰੀਏ ਜੀ ਏਜ ਲਿਮਿਟ ਦੀ ਤਾਂ ਏਜ ਲਿਮਿਟ ਰੱਖੀ ਹੈ ਜੀ 18 ਤੋਂ 37 ਸਾਲ ਤੇ ਨੈਕਸਟ ਜਿਹੜੀ ਆ ਆਪਾਂ ਨੂੰ ਕੈਟਾਗਰੀ ਵਾਈ ਜਿਹੜੀ ਰਿਲੈਕਸੇਸ਼ਨ ਹੈ ਉਹ ਤੁਸੀਂ ਆਪਣੇ ਸਕਰੀਨ ਉੱਪਰ ਦੇਖ ਸਕਦੇ ਹੋ ਕਿ ਕਿਹੜੀ ਕੈਟਾਗਰੀ ਨੂੰ ਕਿੰਨੀ ਜਿਹੜੀ ਰਿਲੈਕਸੇਸ਼ਨ ਇਸ ਦੇ ਵਿੱਚ ਦਿੱਤੀ ਗਈ ਹੈ ਨੈਕਸਟ ਜੀ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਇੱਥੇ ਇਹਨਾਂ ਨੇ ਦੱਸਿਆ ਕਿ ਕੋਈ ਵੀ ਤੁਹਾਡਾ ਰਿਟਨ ਟੈਸਟ ਜਾਂ ਇੰਟਰਵਿਊ ਨਹੀਂ ਹੋਵੇਗਾ ਸਿਰਫ ਤੇ ਸਿਰਫ ਜਿਹੜਾ ਆਈਟੀਆਈ ਇਲੈਕਟ੍ਰੀਸ਼ੀਅਨ ਵਾਇਰਮੈਨ ਟ੍ਰੇਡ ਦੇ ਵਿੱਚ ਤੁਹਾਡੇ ਮਾਰਕਸ ਦੇ ਅਕੋਰਡਿੰਗ ਹੀ ਤੁਹਾਡੀ ਜਿਹੜੀ ਮੈਰਿਟ ਬਣੇਗੀ ਤੇ ਤੁਹਾਡਾ ਜਿਹੜਾ ਸਿਲੈਕਸ਼ਨ ਕੀਤਾ ਜਾਵੇਗਾ ਤਾਂ ਦੋਸਤੋ ਤੁਸੀਂ ਇਸ ਲਈ ਅਪਲਾਈ ਕਿਵੇਂ ਕਰ ਸਕਦੇ ਹੋ ਤੁਸੀਂ ਇਹਨਾਂ ਦੀ ਵੈਬਸਾਈਟ ਹੈ ਜੀ www.pstcl.org ਜਾਂ ਇੱਥੇ ਇੱਕ ਜਿਹੜਾ http ਵਾਲਾ ਲਿੰਕ ਦਿੱਤਾ ਹੈ recruitment.pstcl.org ਤੇ ਜਾ ਕੇ ਤੁਸੀਂ ਇਸ ਜੌਬ ਵਾਸਤੇ ਅਪਲਾਈ ਕਰ ਸਕਦੇ ਹੋ ਤੇ ਨੈਕਸਟ ਇਹਨਾਂ ਨੇ ਇਨਸਟਰਕਸ਼ਨਸ ਦਿੱਤੀਆਂ ਨੇ ਕਿਵੇਂ ਅਪਲਾਈ ਕਰਨਾ ਹੈ ਤੁਸੀਂ ਸਾਰਾ ਧਿਆਨ ਨਾਲ ਜਿਹੜਾ ਰੀਡ ਕਰਕੇ ਤੁਸੀਂ ਇਸ ਜੌਬ ਵਾਸਤੇ ਅਪਲਾਈ ਕਰਨਾ ਨੈਕਸਟ ਗੱਲ ਕਰੀਏ ਫੀਸ ਦੀ ਤਾਂ ਐਸਸੀ ਅਤੇ ਪੀਡਬਲਯੂਡੀ ਐਂਡ ਈਡਬਲਯੂਐਸ ਕੈਟਾਗਰੀਜ਼ ਨੂੰ ਛੱਡ ਕੇ ਬਾਕੀ ਸਾਰਿਆਂ ਕੈਟਾਗਰੀਸ ਵਾਸਤੇ ਜਿਹੜੀ ਫੀਸ ਰੱਖੀ ਗਈ ਹੈ ਇਹਨਾਂ ਨੇ 400 ਰੁਪਏ ਫੀਸ ਰੱਖੀ ਹੈ ਪਲੱਸ ਜਿਹੜਾ ਬੈਂਕ ਚਾਰਜਸ ਹੋਵੇਗਾ ਤੇ ਐਸਸੀ ਕੈਟਾਗਰੀ ਵਾਸਤੇ 160 ਹੈ ਪਲੱਸ ਬੈਂਕ ਚਾਰਜਸ ਅਤੇ ਜਿਹੜਾ ਪੀਡਬਲਯੂਡੀ ਕੈਂਡੀਡੇਟਸ ਨੇ ਇਹਨਾਂ ਵਾਸਤੇ 200 ਰੁਪਏ ਫੀਸ ਰੱਖੀ ਹੈ ਤੇ ਈਡਬਲਯੂਐਸ ਵਾਸਤੇ 160 ਰੁਪਏ ਫੀਸ ਹੈ ਪਲੱਸ ਬੈਂਕ ਚਾਰਜਸ ਰੱਖੇ ਗਏ ਨੇ ਤਾਂ ਦੋਸਤੋ ਨੈਕਸਟ ਤੁਸੀਂ ਆਪਣੀ ਸਕਰੀਨ ਉੱਪਰ ਜੋ ਕੈਟਾਗਰੀ ਵਾਈਜ਼ ਜੋ ਪੋਸਟਾਂ ਦੀ ਵੰਡ ਹੈ ਦੇਖ ਸਕਦੇ ਹੋ ਕਿ ਕਿਹੜੀ ਕੈਟਾਗਰੀ ਨੂੰ ਕਿੰਨੀਆਂ ਪੋਸਟਾਂ ਜਾਣਗੀਆਂ ਤੇ ਟੋਟਲ ਜਿਹੜੀਆਂ 350 ਪੋਸਟਾਂ ਨੇ ਤਾਂ ਦੋਸਤੋ ਤੁਸੀਂ ਇਹ ਜਿਹੜਾ ਪੂਰਾ ਨੋਟੀਫਿਕੇਸ਼ਨ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੋਂ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਰੀਡ ਕਰਕੇ ਹੀ ਇਹਨਾਂ ਪੋਸਟਾਂ ਵਾਸਤੇ ਜਿਹੜਾ ਅਪਲਾਈ ਕਰਨਾ ਹੈ ਤਾਂ ਦੋਸਤੋ ਐਸਪੀਐਸਟੀਸੀਐਲ ਵੱਲੋਂ ਆਈਆਂ ਅਸਿਸਟੈਂਟ ਲਾਈਨਮੈਨ ਦੀਆਂ ਭਰਤੀਆਂ ਬਾਰੇ ਜਾਣਕਾਰੀ ਅਤੇ ਹੋਰ ਨਾ ਜੋਬਸ ਦੀ ਜਾਣਕਾਰੀ ਲਈ ਤੁਸੀਂ ਸਾਡੇ ਇਸ ਚੈਨਲ ਨਾਲ ਲਗਾਤਾਰ ਜੁੜੇ ਰਹੋ ਅਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ